हेलो जी सत श्री अकाल, मैं थोड़ी शेयर दी रौनक सिटी दी रौनक लुवीना थोड़ी कोल एंड मैं थोड़ा मित्र प्यारा आरजे हिमांशु। असि वापस आ गए हैं लेटेस्ट ट्रेंडिंग मसाला थोड़ी नाल डिस्कस करन, शेयर करन एंड ऑफ कोर्स हिमांशु एज ऑलवेज अपनी विशेष टिप्पणियां भी थोनु दसनगे देंगे। सो हिमांशु, आर यू रेडी? या ओके, ठीक है। गल करांगी सब तो पहला 69th नेशनल फिल्म अवार्ड सेरेमनी जो हुई है, जिथे बहुत सोने तैयार होके बॉलीवुड दे सेलिब्रिटीज आए सी, उन्हां नू प्रेजिडेंट द्रौपदी मुर्मू जी वल्लों अवार्ड दित्ते गए। बट उत्थे एक बहुत तड़कदा फड़कदा मुद्दा थोड़ी लैंग्वेज विच सामने आया होया है, एंड वो है कि आलिया भट्ट ने भाई इन्ना पैसा कमाया है, इन्नी मूवीज सुपर डुपर हिट हुई रे, बट उन्हें अपने व्याह वाला जो आउटफिट सेगा वो रिपीट कीता सेगा। सो लोग की कह रहे से इन्ना पैसा होने तो बाद भी मतलब व्हाई आर यू रिपीटिंग दैट? व्याह हो गया ना, हुन हां ये जेडीया कुड़ियां कमाई कर दियां ने ना, व्याह तो पहला खुले खर्चे कर दियां ने, व्याह तो बाद बड़ा कुछ देखना पैंदा है, सोरे कर जांदियां ने, हैना। तुसी कदी रिपीट पाई है ड्रेस? नहीं, वैसे मैनू इदा लगता मैं रिपीट तो बहुत बार पाई है, वीडियोज़ विच ही सानू देख सकते हैं, असीं रिपीट करते हैं ड्रेसेस। मैनू लगता सस्टेनेबल फैशन नू अपन नू अडॉप्ट करना चाहिए। एक एग्जाम्पल होंदी है ना, तुसीं भी इन्फ्लुएंसर हो, आलिया भट्ट भी बड़ी अच्छी इन्फ्लुएंसर है, अक्सर ना एक चीज़ नोटिस की है कि कुड़ियाँ हर फंक्शन से अलग अलग ड्रेस पहन गया, मुंडे बेचारे वही ਸਰਦੀਆਂ ਦੇ ਵਿੱਚ ਤਿੰਨ ਬਲੇਜ਼ਰ ਹੁੰਦੇ ਨੇ, ਸਾਰੇ ਵਿਆਹ ਸਰਦੀਆਂ ਦੇ ਉਹਦੇ 'ਚ ਕੱਢ ਦੇਣਗੇ, ਪਰ ਥੱਲੇ ਟੀ ਸ਼ਰਟ ਸਾਡੀ ਚੇਂਜ ਹੋ ਜਾਂਦੀ ਹੈ। ਬਸ ਬਸ, ਸੋ ਮਹਾਨ ਕੌਣ ਹੋਇਆ ਦੋਹਾਂ ਦੇ ਵਿੱਚੋਂ? ਫਿਰ ਸਰ ਆਪ ਹੀ ਹੈ, ਸਰ ਹੀ ਹੈ ਸਾਡੇ। ਬਾਕੀ ਪਲੀਜ਼ ਇਹਨੂੰ ਨੋਰਮਲਾਈਜ਼ ਕਰੋ ਇਸ ਚੀਜ਼ ਨੂੰ, ਕੱਪੜੇ ਰਿਪੀਟ ਕਰਨਾ ਕੰਪਲੀਟਲੀ ਓਕੇ ਹੈ, ਐਂਡ ਆਲਿਆ ਭੱਟ ਵੀ ਇਹੀ ਕਹਿੰਦੇ ਨੇ ਰੀਯੂਜ਼ ਰੀਸਾਈਕਲ ਜਿੰਨਾ ਹੋ ਸਕੇ ਕਰਿਆ। ਜਿਹੜਾ ਉਹ ਲਹਿੰਗਾ ਸੀਗਾ ਕਿੰਨੇ ਦਾ ਸੀਗਾ ਭਲਾ? ਬਹੁਤ ਮਹਿੰਗਾ ਸੀਗਾ, ਡਿਜ਼ਾਈਨਰ ਸੀਗਾ ਯਾਰ, ਜਿੰਨੇ ਦਾ ਉਹਦਾ ਲਹਿੰਗਾ ਸੀਗਾ ਨਾ, ਚਾਰ ਗਰੀਬਾਂ ਦੇ ਵਿਆਹ ਹੋ ਜਾਣ ਉਹਨੇ ਇਹ ਵੀ ਗੱਲ ਸਹੀ ਹੈ। ਇਸ ਤੋਂ ਬਾਅਦ ਮੈਂ ਤੁਹਾਨੂੰ ਇਹ ਵੀ ਦੱਸਦੀ ਹਾਂ ਕਿ ਕ੍ਰਿਤੀ ਸੈਨਨ ਨੂੰ ਮੂਵੀ ਮੀਮੀ ਵਾਸਤੇ ਬੈਸਟ ਐਕਟ੍ਰੈਸ ਦਾ ਅਵਾਰਡ ਮਿਲਿਆ ਸੀਗਾ। ਮੀਮੀ? ਹਾਂ, ਮੀਮੀ ਵਾਸਤੇ। ਸੋ ਉਹਨਾਂ ਦੇ ਪਾਪਾ ਐਂਡ ਮੰਮਾ ਨਾਲ ਆਏ ਸੀਗੇ, ਬੜੇ ਖੁਸ਼ ਸੀਗੇ, ਉਹਨਾਂ ਨੇ ਬਹੁਤ ਕੁੱਟ ਕੇ ਜਾਦੂ ਦੀ ਜੱਫੀ ਜਿਹਨੂੰ ਕਹਿੰਦੇ ਨਾ ਪਾ ਕੇ ਫੋਟੋਜ਼ ਸ਼ੇਅਰ ਕੀਤੀਆਂ ਨੇ। ਮੀਮੀ ਮੂਵੀ ਦੇ ਲਈ ਮੰਮੀ ਵੀ ਆਏ ਸੀ, ਮੰਮੀ ਵੀ ਆਏ ਸੀਗੇ, ਹਾਂਜੀ, ਰਣਵੀਰ ਕਪੂਰ ਆਲਿਆ ਭੱਟ ਦੇ ਨਾਲ ਆਏ ਸੀਗੇ। ਬਟ ਉੱਥੇ ਇੱਕ ਹੋਰ ਬਹੁਤ ਹੀ ਜ਼ਿਆਦਾ ਕੈਟ ਫਾਈਟ ਆਪਾਂ ਦੇਖੀ। ਅੱਛਾ, ਕੈਟ ਫਾਈਟ ਬਿੱਲੀਆਂ ਦੀ? ਕੈਟ ਫਾਈਟ ਕਹਿੰਦੇ ਜਿੱਦਾਂ ਕੁੜੀਆਂ ਆਪਸ ਲੜਦੀਆਂ ਨੇ, ਉਦਾਂ ਹੀ ਖਿੱਚਦੀਆਂ ਇੱਕ ਦੂਜੇ ਦੀ ਟੰਗ, ਉਦਾਂ ਕੁਝ ਹੋਇਆ ਉੱਥੇ। ਕੌਣ ਲੜੀਆਂ? ਲੜੀਆਂ ਜਿਹੜੀਆਂ ਸੀਗੀਆਂ ਉਹ ਸੀਗੀ ਵਿਵੇਕ ਅਗਨੀਹੋਤਰੀ ਤੇ ਕਰਨ ਜੋਹਰ। ਅੱਛਾ, ਉਹ ਬਿੱਲੀ ਫਾਈਟ ਲੜੀ? ਹਾਂ, ਮਤਲਬ ਅੱਖਾਂ ਦੇ ਇਸ਼ਾਰਿਆਂ ਦੇ ਨਾਲ ਹੀ ਲੜਾਈ ਹੋ ਗਈ। ਓਹੋ, ਇਦਾਂ ਇਦਾਂ ਜਦੋਂ ਕਰਨ ਜੋਹਰ ਸਰ ਨੂੰ ਅਵਾਰਡ ਮਿਲ ਰਿਹਾ ਸੀਗਾ, ਵਿਵੇਕ ਅਗਨੀਹੋਤਰੀ ਜੀ ਨੇ ਆਪਣੀਆਂ ਅੱਖਾਂ ਜਿਹਨਾਂ ਕਹਿੰਦੇ ਉੱਪਰ ਨੀਚੇ ਦਾ ਰੋਲ ਆਊਟ ਕੀਤੀਆਂ ਕਿ ਇਹਨੂੰ ਕਿੱਦਾਂ ਅਵਾਰਡ ਮਿਲ ਗਿਆ। ਮੁੱਛਰ ਪੈ ਗਿਆ ਹੋਣਾ, ਤੁਸੀਂ ਐਵੇਂ ਹੀ ਗੱਲ ਨੂੰ ਕਹਿਣਾ ਜੋੜੀ ਜਾਂਦੇ ਹੋ। ਨਹੀਂ, ਬਟ ਸੱਚੀ ਮੈਂ ਵੀ ਨੋਟਿਸ ਕੀਤਾ। ਉਸ ਤੋਂ ਬਾਅਦ ਇੱਕ ਹੋਰ ਚੀਜ਼ ਹੋਈ ਜਿਹੜੀ ਇਹ ਪ੍ਰੂਫ ਕਰਦਾ ਕਿ ਦੋਵਾਂ ਦੇ ਵਿੱਚ ਕਾਫੀ ਲੱਗਦੀ ਹੈ। ਅੱਛਾ, ਇਦਾਂ ਕਿਉਂਕਿ ਵਿਵੇਕ ਅਗਨੀਹੋਤਰੀ ਸਰ ਨੇ ਫੋਟੋ ਪੋਸਟ ਕੀਤੀ ਸਾਰੇ ਸੈਲਿਬ੍ਰਿਟੀਜ਼ ਦੀ ਜਿਨ੍ਹਾਂ ਨੂੰ ਅਵਾਰਡ ਮਿਲਿਆ। ਅੱਛਾ, ਕ੍ਰੌਪ ਕਰਤਾ ਕਰਨ ਜੋਹਰ ਨੂੰ। ਓਹੋ, ਡਿਜੀਟਲ ਫਾਈਟ? ਡਿਜੀਟਲ ਫਾਈਟ, ਹਾਂ। ਅੱਜ ਕੱਲ ਨਾ ਅੱਜ ਕੱਲ ਲੜਾਈਆਂ ਡਿਜੀਟਲੀ ਰਹਿ ਗਈਆਂ। ਅਗਰ ਕੋਈ ਤੁਹਾਨੂੰ ਸੋਸ਼ਲ ਮੀਡੀਆ ਤੇ ਬਲੌਕ ਕਰੇ, ਇਹਦਾ ਮਤਲਬ ਕੀ ਹੁੰਦਾ ਹੈ? ਉਹੀ ਲੜਾਈ ਹੈ ਬਲਾਨ ਨੇ ਤੈਨੂੰ ਮੈਂ। ਇਹਦਾ ਮਤਲਬ ਹੁੰਦਾ ਉਹਨੇ ਤੁਹਾਨੂੰ ਡਿਜੀਟਲੀ ਥੱਪੜ ਮਾਰਿਆ। ਅੱਛਾ, ਹਾਂ, ਠੀਕ ਹੈ। ਤੇ ਜੇ ਕੋਈ ਗੰਦਾ ਜੇ ਕਮੈਂਟ ਕਰ ਦੇ? ਉਹ ਫਿਰ ਕਮੈਂਟ ਤੇ ਦੇਖੋ, ਕਮੈਂਟ ਤੇ ਕਮੈਂਟ ਦੇ ਵਿੱਚ ਲੜਾਈਆਂ ਜਿੰਨੀ ਮਰਜ਼ੀ ਵਧਾਈ ਚੱਲੋ, ਅਸਲੀ ਗੱਲ ਖਤਮ ਕਰਨ ਦੀ ਜਿਹੜੀ ਤਕਨੀਕ ਹੁੰਦੀ ਹੈ ਨਾ, ਬਲੌਕ ਹੀ ਹੁੰਦੀ ਹੈ। ਇਹਨੇ ਕ੍ਰੌਪ ਕਰਤਾ? ਇਹਨੇ ਕ੍ਰੌਪ ਕਰਤਾ, ਠੀਕ ਹੈ ਵੀ ਗੱਲ। ਚਲੋ, ਇਹ ਤਾਂ ਸੀਗੀ 69th ਨੈਸ਼ਨਲ ਫਿਲਮ ਫੇਅਰ ਅਵਾਰਡਸ ਦੀ ਗੱਲ। ਹੁਣ ਮੈਂ ਗੱਲ ਕਰਾਂਗੀ ਬਿਗ ਬੌਸ 17th ਦੀ। ਸ਼ੁਰੂ ਹੋ ਗਿਆ? ਨਹੀਂ ਪਤਾ ਕਦੋਂ ਹੋਇਆ, ਬਹੁਤ ਦੇਰ ਦਾ ਹੋਇਆ ਵਾ, ਹੁਣ ਤਾਂ ਟਾਈਮ ਹੋ ਗਿਆ ਵਾ, ਹੋ ਗਿਆ ਸ਼ੁਰੂ ਹੋਣ। ਆਏ ਹਾਏ, ਨਹੀਂ, 3-4 ਦਿਨ ਹੋ ਗਿਆ, ਬਟ ਐਕਸਾਈਟਮੈਂਟ ਹੈ ਨਹੀਂ, ਮੈਨੂੰ ਤਾਂ ਇਹ ਨਹੀਂ ਪਤਾ ਸ਼ੁਰੂ ਹੋ ਗਿਆ। ਰਿਪੋਰਟਸ ਇਹ ਕਹਿੰਦੀਆਂ ਨੇ ਕਿ ਟੀਆਰਪੀ ਬਹੁਤ ਹੀ ਘੱਟ ਹੈ। ਕਿਉਂ ਕਿਉਂ ਭਾਈ, ਕ੍ਰਿਕਟ ਦਾ ਬਲੌਕਬਸਟਰ ਚੱਲ ਰਿਹਾ, ਹਰ ਕੋਈ ਉਹਦੀ ਕਿਤੇ ਬਹੁਤ ਟੀਆਰਪੀ ਹੈ, ਉਹਦੀ ਵੀ ਨਹੀਂ ਹੈਗੀ, ਨਹੀਂ ਉਹਦੀ ਵੀ ਨਹੀਂ ਹੈਗੀ, ਮਾਨ ਸਾਈਡਿੰਗ ਮੁਕਾਬਲੇ ਹੋ ਰਹੇ ਨੇ, ਇਹ ਲੋਕ ਪਤਾ ਨਹੀਂ ਕਿੱਧਰ ਬੀਜ਼ੀ ਨੇ ਅੱਜ ਕੱਲ ਮੈਨੂੰ ਤਾਂ ਆਪ ਨਹੀਂ ਸਮਝ ਲੈਦਾ, ਸੇਮ ਗੱਲ ਸਮਝ ਨਹੀਂ ਆ ਰਿਹਾ ਲੋਕੀ ਕਿੱਥੇ ਬਿਜ਼ੀ ਨੇ। ਅੱਛਾ, ਬਿਗ ਬੌਸ ਦੀ ਗੱਲ ਕਰਦੇ ਆ, ਤੈਨੂੰ ਪਤਾ ਸਾਡੇ ਜਿਹੜੇ ਇੰਡੀਅਨਸ ਨੇ ਇਹ ਬਿਗ ਬੌਸ ਦੇਖਣਾ ਕਿਉਂ ਪਸੰਦ ਕਰਦੇ ਨੇ ਜ਼ਿਆਦਾ? ਘਰ ਘਰ ਦੀ ਕਹਾਣੀ, ਲੜਾਈ ਝਗੜੇ, ਕਿਉਂਕਿ ਸਾਨੂੰ ਇੰਡੀਅਨਸ ਨੂੰ ਦੂਜਿਆਂ ਦੀ ਲੜਾਈ ਦੇਖਣ 'ਚ ਬਹੁਤ ਮਜ਼ਾ ਆਉਂਦਾ ਹੈ ਨਾ, ਮਸਾਲਾ ਮਿਲਦਾ ਨਾ, ਕਿਹਦੇ ਘਰ 'ਚ ਕੀ ਲੜਾਈ ਹੋ ਰਹੀ ਹੈ। ਐਗਜ਼ੈਕਟਲੀ, ਬਟ ਇਸ ਵਾਰੀ ਜਦ ਤੱਕ ਫਿਰ ਲੜਾਈ ਝਗੜੇ ਨਹੀਂ ਸ਼ੁਰੂ ਹੋਣਗੇ ਤਦ ਤੱਕ ਸ਼ਾਇਦ ਫਿਰ ਟੀਆਰਪੀ ਨਹੀਂ ਵਧੇਗੀ। ਹਾਂ, ਬਾਕੀ ਸਿੰਗਲਸ ਵਰਸਸ ਕਪਲਸ ਦਾ ਥੀਮ। ਅੱਛਾ, ਹਾਂ, ਮਤਲਬ ਸਿੰਗਲ ਵਰਸਸ ਹੈ ਕਿੱਦਾਂ? ਕੁਝ ਵੀ, ਮੈਂ ਸਿੰਗਲ ਆ। ਅੱਛਾ, ਤੇ ਮੈਂ ਤੁਹਾਨੂੰ ਕੀ ਲੱਗਦੀ ਦੱਸੋ, ਚਲੋ ਅੱਗੇ ਵਧਦੇ ਆ। ਇਹ ਦੱਸਾਂ ਆਣ ਵਾਲੇ ਟਾਈਮ ਤੇ ਬਹੁਤ ਜਲਦੀ। ਅਗਲਾ ਟੌਪਿਕ ਬਹੁਤ ਹੀ ਫੇਵਰਿਟ ਹੈ ਕੁੜੀਆਂ ਦਾ, ਮੇਰਾ ਵੀ, ਦਰਸ਼ਨ ਰਾਵਲ, ਚਾਕਲੇਟੀ ਬੋਏ ਜਿਨ੍ਹਾਂ ਨੂੰ ਮਿਊਜ਼ਿਕ ਇੰਡਸਟਰੀ ਦਾ ਕਹਿੰਦੇ ਆ। ਚਾਕਲੇਟੀ ਬੋਏ ਦਾ ਕੀ ਮਤਲਬ ਹੁੰਦਾ? ਚਾਕਲੇਟ ਦਿੰਦਾ ਸਾਰਿਆਂ, ਜਿਹਦਾ ਚਾਕਲੇਟ ਸਾਨੂੰ ਬੜੀ ਕੁੜੀਆਂ ਨੂੰ ਪਸੰਦ ਹੁੰਦੀ ਨਾ, ਇਹਦੇ ਦਰਸ਼ਨ ਰਾਵਲ ਬੜਾ ਪਸੰਦ ਹੈ। ਕਿਊਟ ਜਿਹਾ ਕਿੰਨਾ ਹੈ ਉਹਦੇ ਕੀ ਕੰਨਾਂ ਤੇ, ਇਧਰ ਕੀ ਚਾਕਲੇਟਾਂ ਦੀ ਪੀਸ ਲੱਗੀ ਹੁੰਦੀ ਹੈ, ਵਾਲੀਆਂ ਵੀ ਚਾਕਲੇਟਾਂ ਦੀਆਂ ਪਈਆਂ ਹੁੰਦੀਆਂ। ਕਿਊਟ ਹੁੰਦਾ ਹੈ, ਬੜਾ ਕਿਊਟ ਲੱਗਦਾ ਹੈ ਉਹ, ਇਸ ਕਰਕੇ ਸੋ ਉਹਨਾਂ ਦਾ ਅੱਜ ਬਰਥਡੇ ਹੈ। ਕਿਊਟ ਤੇ ਖਰਗੋਸ਼ ਵੀ ਹੁੰਦਾ, ਫਿਰ ਉਹਨੂੰ ਵੀ ਚਾਕਲੇਟੀ ਖਰਗੋਸ਼ ਕਹਿੰਦੇ ਆ। ਚਲੋ ਠੀਕ ਹੈ ਯਾਰ, ਇਹਨਾਂ ਦੀ ਗੱਲਾਂ ਤੋਂ ਨਾ ਆਏ ਹਾਏ ਹਾਥੀ ਗੱਲ। ਚਲੋ ਗੱਲ ਕਰੋ ਦਰਸ਼ਨ ਦਾ, ਉਹਨਾਂ ਦੀ ਉਹੀ ਵਾਲਾ ਨਾ, ਉਹ ਮੇਰੇ ਮਾਈਏ ਜਿੰਨਾ ਸੋ, ਯੈਸ ਯੈਸ, ਉਹੀ ਉਹਦਾ ਬਰਥਡੇ ਹੈ, ਵਾਇਰਲ ਹੋਇਆ ਫਿਰ ਦਾ। ਬਟ ਤੁਹਾਨੂੰ ਪਤਾ ਹੈ, ਵਾਇਰਲ ਹੋਣ ਤੋਂ ਪਹਿਲਾਂ ਜਦੋਂ ਇਹ ਆਪਣੀ ਸਕੂਲ ਕਾਲਜ ਵਿੱਚ ਸੀਗੇ, ਪੜ੍ਹਨ ਵਿੱਚ ਬਿਲਕੁਲ ਹੀ
ਬਿਲਕੁਲ ਹੀ ਐਵਰੇਜ ਤੋਂ ਵੀ ਥੱਲੇ ਅੱਛਾ ਕਾਲਜ ਵਿੱਚੋਂ ਕੱਢ ਵੀ ਦਿੱਤਾ ਸੀ ਕਿ ਉਹਦੇ ਪ੍ਰਿੰਸੀਪਲ ਨੇ ਤੁਹਾਨੂੰ ਕੰਟੈਕਟ ਕੀਤਾ ਹੀ ਸਰਟੀਫਿਕੇਟ ਦਿਖਾਏ ਟ੍ਰਿਵੀਆ ਆਪਕੋ ਸੀਕ੍ਰੇਟ ਬਤਾ ਰਹੇ ਹਾਂ ਸੋ ਇਦਾਂ ਹੋਇਆ ਸੀਗਾ ਬਸ ਇਹਨਾਂ ਨੇ ਇੱਕ ਰਿਐਲਿਟੀ ਸ਼ੋਅ ਵਿੱਚ ਪਾਰਟਿਸਿਪੇਟ ਕੀਤਾ ਫਰਸਟ ਰਨਰ ਅਪ ਬਣੇ ਐਂਡ ਅੱਜ ਇਹ ਇਸ ਮੁਕਾਮ ਤੇ ਨੇ ਕਿ ਜਦੋਂ ਟੌਪ 100 ਸਿੰਗਰਸ ਚੁਣਦੇ ਨੇ ਤੇ ਉਹਨਾਂ ਦੇ ਵਿੱਚ ਇਹਨਾਂ ਦਾ ਨਾਮ ਆਉਂਦਾ ਟੌਪ 100 ਪੂਰੇ ਦੇਸ਼ ਦੇ ਵਿੱਚੋਂ ਇੰਡੀਆ ਦੇ ਵਿੱਚ ਟੌਪ 100 ਸਿੰਗਰਸ ਦੇ ਵਿੱਚ ਇਹਨਾਂ ਦਾ ਨਾਮ ਆਉਂਦਾ ਤੇ ਕਹਿੰਦੇ ਨੇ ਕਿ ਪੜ੍ਹਾਈ ਵਿੱਚ ਬਿਲਕੁਲ ਹੀ ਐਵਰੇਜ ਤੋਂ ਵੀ ਥੱਲੇ ਸੀ नजर मार लियो बाकी गल करांगे इस टाइम एक और रूमर दी जो बहुत ही ज्यादा आग मांग फैल रहा है कैटरीना कैफ रिसेंटली पंजाब आए थे एंड उन्होंने एक अनारकली सूट पाया था ठीक है सोना सूट अनारकली इज लॉन्ग ड्रेस एकदम उन्होंने सूट बड़ा सोना पाया था कुड़ियां किन्नियां होंदियां ना अनारकली सूट हिमांशु गल सुनो सूट उन्होंने मुंडियां नु किया एक ब्लेजर लिया एक टी-शर्ट लिया एक पैंट लिया चले अच्छा चलो उन्होंने ना दुपट्टा अपना इस तरह रखा हुआ है ठीक है जी हुन रूमर फैल गए कि कैटरीना कैफ ने दुपट्टा इसलिए ऐसे रखा है हाय हाय मैंने पता किथे जाना तू के घर खुशी आ रही है हां जी बस बस वो गल है चलो अगलिया दे घर खुशी तू ही की लेना माई वो दुपट्टा ऐ रखे ओ रखे तू ही की उसे बधाईयां लेने जानियां तू लड्डू बनाने देसी क्यों अंग्रेजी बोलता निकल जाता बट यार इस सीजन आलिया भट्ट भी आ रही है दीपिका भी आ रही है रणवीर सिंह भी आ रहा है एंड देन कहते ने कि शाहरुख खान को टाइम नहीं सी सो नहीं आ रहे ने बट शाहरुख खान किधर बिजी ये तो मैं पूछा नहीं ना मैंने उन्हें दसया बट यस इस सीजन दी एक ग्लिम्स देती है करण जौहर ने की देती है ग्लिम्स झलक अच्छा मैंने लगा कि कोई लिपस्टिक टाइप को चीज होती है मुंह पे लगाना नहीं ग्लिम्स देती है उन्होंने एक ग्लिम्स देती है अपने सोफे जी दी काउच दी जिथे वो बैंदे ने ओदी फोटो शूट कर काउच आउच आउच काउच पे बैठ के करण जौहर कर देने आउच सो ए ट्रेंडिंग मसाला थानू के हो जा लगा तुसी सानू दसना है बट उस तो भी पहला हिमांशु जी क्रिकेट का ब्लॉकबस्टर चल रहा है कुछ तुसी विशेष क्रिकेट का ब्लॉकबस्टर इदा है कि ट्रेंडिंग मीडिया ते सोशल मीडिया ते यही गल्लां हो रहीयां ने क्योंकि इस बार दे सीजन दे विच ना दो ऐसियां टीमां जिन्हां तों किसी ने एक्सपेक्ट नहीं सी कीता कि ए वड्डियां टीमां नूं हरा देणगे वैसे वन साइडेड मुकाबले हो रहे ने 50 ओवर तक मैच घट ही जा रहे ने बट एक टीम पहला अफगानिस्तान उन्होंने इंग्लैंड नूं हराया एंड उस तों बाद नीदरलैंड्स जिन्हां ने साउथ अफ्रीका यस सो ए बहुत वड्डे उलट फेर होए ने क्रिकेट दे ब्लॉकबस्टर दे विच एंड तुहानूं पता रीसेंटली एक चीज तों भुल गई शायद सोशल मीडिया ते पाकिस्तान दे जिहड़े प्लेयर्स ने उन्होंने कंप्लेंट कीती है आईसीसी नूं PCCID कि जदों अहमदाबाद दे विच मैच सीगा ना ते क्राउड पाकिस्तान नूं सपोर्ट नहीं सी कर रहा जिहड़ा पाकिस्तान दा कोच है मिकी ऑर्थर ਉਹਦਾ ਕਹਿਣਾ ਸੀਗਾ ਕਿ ਇੱਕ ਵਾਰ ਵੀ ਕਿਸੇ ਵੀ ਚੌਕੇ ਛੱਕੇ ਬਾਉਂਡਰੀ ਜਾਂ ਆਊਟ ਤੇ ਦਿਲ ਸੇ ਪਾਕਿਸਤਾਨ ਕੁਛ ਹੋਣਾ ਦਾ ਗਾਣਾ ਹੈਗਾ ਉਹ ਪਲੇ ਨਹੀਂ ਕੀਤਾ ਗਿਆ ਮੈਨੂੰ ਤਾਂ ਇਹ ਡਰ ਸੀਗਾ ਕਿ ਕਿਤੇ ਅਫਗਾਨਿਸਤਾਨ ਤੋਂ ਹਾਰਨ ਤੋਂ ਬਾਅਦ ਜਿਹੜਾ ਇੰਗਲੈਂਡ ਦਾ ਕੈਪਟਨ ਹੈ ਜੌਸ ਬਟਲਰ ਉਹਨੇ ਵੀ ਇਹ ਬਿਆਨ ਨਹੀਂ ਦਿੱਤਾ ਕਿ ਮੈਦਾਨ 'ਚ ਸਿਰਫ ਅਫਗਾਨ ਜਲੇਬੀ ਗਾਣੇ ਚੱਲ ਰਹੇ ਸੀਗੇ ਅਗਰ ਲੰਡਨ ਠੁਮਕਦਾ ਚੱਲਦਾ ਤਾਂ ਸ਼ਾਇਦ ਅਸੀਂ ਵੀ ਜਿੱਤ ਜਾਂਦੇ ਨਾਈਸ ਬਟ ਦੇਖਦੇ ਹਾਂ ਕਿ ਅਗਲੇ ਆਉਣ ਵਾਲੇ ਮੈਚਸ ਵਿੱਚ ਕਿਹੜੇ ਗਾਣੇ ਚੱਲਦੇ ਨੇ ਬਾਕੀ ਤੁਸੀਂ ਰੇਡੀਓ ਸਿਟੀ ਤੇ ਸੁਣ ਸਕਦੇ ਹੋ ਹੋਰ ਵੀ ਅੱਛੇ ਗਾਣੇ ਜੋ ਅਸੀਂ ਪਲੇ ਕਰਦੇ ਹੋ ਦੇਖ ਸਕਦੇ ਹੋ ਸਾਡੀ ਵੀਡੀਓਸ ਜਿੱਥੇ ਤੁਸੀਂ ਦੇਖ ਰਹੇ ਹੋ ਪਲੱਸ ਰੇਡੀਓ ਸਿਟੀ ਪੰਜਾਬੀ ਦਾ ਜੋ ਡਿਜੀਟਲ ਹੈਂਡਲ ਹੈ ਐਂਡ ਹੁਣ ਇੰਡੀਆ ਦਾ ਮੁਕਾਬਲਾ ਹੈ ਅਗਲਾ ਬੰਗਲਾਦੇਸ਼ ਦੇ ਨਾਲ ਸੋ ਉਹਦੀ ਟੀਮ ਇੰਡੀਆ ਨੂੰ ਬੈਸਟ ਵਿਸ਼ਸ ਨੇ ਐਂਡ ਟੀਮ ਇੰਡੀਆ ਦੇ ਢੇਰ ਸਾਰੇ ਮੈਚਸ ਨੇ ਬਸ ਇਸੇ ਗੱਲ ਦੀ ਇੱਕ ਫਿਕਰ ਹੈ ਕਿ ਹਰ ਟੀਮ ਦਾ ਇੱਕ ਮਾੜਾ ਦਿਨ ਆ ਰਿਹਾ ਹੈ ਜਦੋਂ ਉਹ ਛੋਟੀਆਂ ਟੀਮਾਂ ਤੋਂ ਹਾਰ ਰਹੀਆਂ ਨੇ ਕਿਤੇ ਟੀਮ ਇੰਡੀਆ ਦਾ ਕੋਈ ਮਾੜਾ ਦਿਨ ਆ ਜੇ ਬਾਕੀ ਬੈਸਟ ਵਿਸ਼ਸ ਨੇ ਵਿਰਾਟ ਕੋਹਲੀ ਨੂੰ ਰੋਹਿਤ ਸ਼ਰਮਾ ਨੂੰ ਟੀਮ ਇੰਡੀਆ ਨੂੰ ਐਂਡ ਹੋਪ ਇਸ ਵਾਰੀ ਜਿਹੜਾ ਇੰਡੀਆ ਹੈ ਇਹ ਟਰਾਫੀ ਜ਼ਰੂਰ ਜਿੱਤੇਗਾ ਐਂਡ ਇੱਕ ਟ੍ਰਿਵਿਆ ਮੈਂ ਦੇਣਾ ਚਾਹੁੰਦਾ ਤੁਹਾਨੂੰ ਕ੍ਰਿਕਟ ਦਾ ਤੈਨੂੰ ਪਤਾ 2011 ਤੋਂ 2015 ਹਰ 4 ਸਾਲ ਬਾਅਦ ਇੱਕ ਕ੍ਰਿਕਟ ਦਾ ਬਲੌਕਬਸਟਰ ਦਾ ਟੂਰਨਾਮੈਂਟ ਹੁੰਦਾ ਹੈ ਐਂਡ 2011 ਤੋਂ ਉਹ ਟੀਮ ਇਸ ਟੂਰਨਾਮੈਂਟ ਨੂੰ ਜਿੱਤੀ ਹੈ ਜਿੱਥੇ ਹੋ ਰਿਹਾ ਸੀ ਜੋ ਹੋਸਟ ਨੇਸ਼ਨ ਸੀਗਾ 2011 ਚ ਇੰਡੀਆ ਚ ਹੋਇਆ ਸੀਗਾ ਇੰਡੀਆ ਜਿੱਤਿਆ 2015 ਚ ਆਸਟ੍ਰੇਲੀਆ ਚ ਹੋਇਆ ਆਸਟ੍ਰੇਲੀਆ ਜਿੱਤਿਆ 2019 ਚ ਇੰਗਲੈਂਡ ਚ ਹੋਇਆ
ਤੇ ਇੰਗਲੈਂਡ ਜਿੱਤਿਆ ਤੇ 2023 ਚ ਯੂ نو ਇੰਡੀਆ ਚ ਹੋ ਰਿਹਾ ਹੈ ਇੰਡੀਆ ਜਿੱਤੇਗਾ ਲੈਟਸ ਮੈਨੀਫੈਸਟ ਦਿਸ ਗਾਇਸ ਅਗਰ ਮੈਨੀਫੈਸਟ ਮੈਨੂੰ ਨਾ ਹਰ ਵੀਡੀਓ ਚ ਇਦਾਂ ਦੇ ਵਰਡ ਸਿਖਾ ਦਿਆ ਕਰ ਮੈਨੀਫੈਸਟ ਇਹ ਕਿੱਥੇ ਬੋਲੀ ਦਾ ਹੁੰਦਾ ਹੈ ਮਤਲਬ ਅਗਰ ਤੁਸੀਂ ਚਾਹਨੇ ਕੋਈ ਚੀਜ਼ ਸੱਚ ਹੋਵੇ ਕਹਿੰਦੇ ਨੂੰ ਬਾਰ-ਬਾਰ ਰਿਪੀਟ ਕਰਕੇ ਮੈਨੀਫੈਸਟ ਹਾਂ ਯੂਨੀਵਰਸ ਤੁਹਾਡੀ ਗੱਲ ਮੈਨੂੰ ਲੱਗਾ ਕਿ ਫੈਸਟੀਵਲ ਡੇਸ ਚੱਲਦੇ ਪਨੇ ਸ਼ਾਇਦ ਉਹਦੇ ਵਿੱਚ ਹੀ ਕੋਈ ਨਵਾਂ ਫੈਸਟੀਵਲ ਆ ਗਿਆ ਬਾਕੀ ਨਵਰਾਤਰੇ ਦੀਆਂ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਬਹੁਤ ਸਾਰੀ ਸ਼ੁਭਕਾਮਨਾਵਾਂ ਮਾਤਾ ਰਾਣੀ ਮੈਨੀਫੈਸਟ ਦੀਆਂ ਵੀ ਬਹੁਤ-ਬਹੁਤ ਵਧਾਈਆਂ ਮਤਲਬ ਮੈਨੀਫੈਸਟ ਬਹੁਤ ਸਾਰੇ ਫੈਸਟ ਆ ਰਹੇ ਨੇ ਐਂਡ ਡੋਨਟ ਫੋਰਗੇਟ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਵੇ ਤੁਸੀਂ ਕਮੈਂਟਸ ਵਿੱਚ ਆਪਣਾ ਫੀਡਬੈਕ ਦੇ ਸਕਦੇ ਹੋ ਪਲੱਸ ਡੋਨਟ ਫੋਰਗੇਟ ਕਿ ਲਾਈਕ ਐਂਡ ਸ਼ੇਅਰ ਤਾਂ ਜ਼ਰੂਰ ਕਰਨਾ ਫੈਮਿਲੀ ਐਂਡ ਉਹ ਵੀ ਸਬਸਕ੍ਰਾਈਬਸ ਓ ਯੈਸ ਸਬਸਕ੍ਰਾਈਬ ਵੀ ਕਰ ਲਓ ਯੂਟਿਊਬ ਤੇ ਓਕੇ ਵਰ ਤੂੰ ਬੋਲਦੇ ਅਗਰ ਮੇਰੇ ਬੱਲੇ ਨਾ ਜੱਡਿਆ ਕਰ ਸਬਸਕ੍ਰਾਈਬ ਠੀਕ ਬੋਲਿਆ ਸਬਸਕ੍ਰਾਈਬ ਪਲੀਜ਼ ਕਰ ਲਓ ਥੈਂਕ ਯੂ ਜੀ ਮਿਲਦੇ ਹਾਂ ਬਾਏ